بسم الله الرحمن الرحیم. السلام علیکم یا علی حق حیدر. امید کرنا جی تھی سارے برا ٹھیک ہو دے تے اللہ تعالیٰ تمہیں سارے ٹھیک رکھے جی. تو اج کا ولاگ کر رہے جی, شروع تو ولاگ ہے جی ڈک ہنٹنگ کے ریلیٹڈ جی. جس طرح کہ تم ویس چکے ہو سکور ساڈا ہو گیا جی اج 26 کا جی, ماشاء اللہ بہت اچھا سکور ہوا. جڑے شارٹ ہوئے نے وہ بھی تمہیں وائے جان گے. مزید مورچہ لانا ساری ترتیب جیڑی ہے وہ تمہیں وائی جائے گی ڈک ہنٹنگ کے ریلیٹڈ جی. تو مزید جڑے برا میرے چینل سے نویں نے چینل کو سبسکرائب کرو, ویڈیو زیادہ تو زیادہ شیئر کرو جی. بقایا جی ہے کلنٹن منصور صاحب جناب فوٹو واسطے جناب سجا رہے ہیں جناب مرغا پیا جی. بقایا لگے ترتیب ڈکائی سٹے نے سینٹر جگہ خالی چڈی سارا توڑو توڑ چھوٹا پانی دریا کا پانی لیا گیا جی. وجہ تو کافی زیادہ جڑا نا شکار خراب ہویا جی. تیاری شروع جی, لاش دی ٹینکی پھڑ لئی ہے جی. کال ڈکائے ہاں شیخ تیار ہے, گنا شنا ریڈی کر لو جی. کچھ تو نظر تو نہیں آتا ہونا پیا جی, مگر یہ جا رہے ہیں اس ٹائم لانچ تے جی مورچے تک. اے پانی جی, اے جا رہے ہیں ادھر ماری دانے بس ٹھیک ہو گیا. ہاں تو جا رہے ہیں جی, لائٹ جلائی ہے تو پتا لگ رہا ہے ادھر ویکو. ماشاء اللہ ٹھیک ہو گیا جی. لا جی مورچہ لا دیتا گیا جی, وہ ساری کشتی کھلوتی جی. ہوں گن وغیرہ لیا کے آن لگے ہیں جی.
ਯਾਰ ਇਹ ਪ੍ਰੋਗਰਾਮ ਜਿਹੜਾ ਨਾ ਉਹ ਸੈੱਟ ਕਰਨ ਲੱਗੇ ਆ ਜੀ ਪਹਿਲਾ ਮੋਰਚਾ ਹੋ ਗਿਆ ਜੀ ਨਕਾਮ ਦਰਿਆ ਚਨਾਬ ਦਾ ਪਾਣੀ ਲੈਣ ਨਾਲ ਜੀ ਅੱਗੇ ਸਾਰੀ ਰੇਤ ਹੋ ਗਈ ਜਿਹਦੀ ਵਜ੍ਹਾ ਤੋਂ ਮਰਗਾਬੀ ਨੂੰ ਨਾ ਡਕਾਇਜ਼ ਨਹੀਂ ਨਜ਼ਰ ਆ ਰਹੇ ਲੋ ਜੀ ਜਹਾਜ਼ ਆ ਰਿਹਾ ਜੀ ਡੰਕੀ ਲਾਉਣ ਚੱਲੇ ਨੇ ਜਣੇ ਲਾਂਚ ਲੈ ਕੇ ਪਿਆਉਂਦਾ ਘੁਰਦਾ ਇਹ ਸਾਰਾ ਸਮਾਨ ਨਾ ਪੈਕ ਹੋ ਗਿਆ ਸਾਰਾ ਸਮਾਨ ਜੀ ਪੈਕ ਹੋ ਗਿਆ ਟੋਟਲ ਮੁਕੰਮਲ ਪੰਜ ਅੰਡਰ ਸਾਂ ਜੀ ਅੱਜ ਲਾਂਚ ਸਾਡੀ ਨਹੀਂ ਅੱਗੇ ਆ ਰਹੀ ਪਾਣੀ ਛੋਟਾ ਹੁਣ ਵੇਖੋ ਕੀ ਬਣਦਾ ਜੀ ਖਾਹਿਸ਼ ਨਹੀਂ ਦੱਸ ਰਿਹਾ ਅਗਲੇ ਦਿਨ ਪੈਂਦਾ ਸੀ ਮੈਂ ਜੰਨਤ ਮਿਰਜ਼ਾ ਨਾਲ ਵਿਆਹ ਕਰਨਾ ਜੰਨਤ ਮਿਰਜ਼ਾ ਇਹਦੇ ਹੁਣ ਵੇਖ ਕੇ ਭਾਵੇਂ ਸੜ ਜੇ ਸਿਹਤ ਕੇ ਲੀਏ ਮੋਜ਼ਰ ਹੈ ਬਕਾਇਆ ਜਨਾਬ ਜਾ ਰਹੇ ਹਾਂ ਜੀ ਅਲਹਮਦੁਲਿਲਾ ਵਾਪਸ ਜੀ ਜਿਸ ਟਾਈਮ ਲਾਂਚ ਚਲਾਉਂਦੇ ਹਾਂ ਫਿਰ ਉਹ ਵੀ ਤੁਹਾਨੂੰ ਵੀ ਬਹਾਨੇ ਆ ਜੀ ਇਨਸ਼ਾਅੱਲਾ ਜੀ ਆ ਆਪਣੀ ਜਨਾਬ ਸਾਰੀ ਟੀਮ ਉਹ ਆਪਣਾ ਮੋਰਚਾ ਛੱਡਣਾ ਹੈ ਜੀ ਕਲਿੰਟਨ ਜੀ ਤੁਸੀਂ ਜਾਣਦੇ ਹੋ ਕੀ ਪਿਆ ਲੋ ਜੀ ਸ਼ਿਕਾਰ ਦਾ ਹੋ ਗਿਆ ਜੀ ਐਂਡ ਜੀ ਐਂ ਰੱਖ ਲੋ
ਬਕਾਇਆ ਜੀ ਐਂਡ ਸਾਰੇ ਸ਼ਿਕਾਰੀ ਜਨਾਬ ਆਪਣੀ ਆਪਣੀ ਗੰਨਾ ਕਰਨ ਲਏ ਨੂੰ ਅਨਲੋਡ ਜੀ ਇਹ ਚੈੱਕ ਕਰ ਸਕਦੇ ਹੋ ਜੀ ਕਿਉਂਕਿ ਅਨਲੋਡ ਇਸ ਗੱਲ ਲਈ ਕੀਤੀਆਂ ਜਾਂਦੀਆਂ ਨੇ ਕਿਉਂਕਿ ਜੇ ਨਿਕਲਣਾ ਹੋਵੇ ਤਾਂ ਕੋਈ ਮਸਲਾ ਪੇਸ਼ ਨਾ ਜੀ ਆਵੇ ਤੇ ਮਜ਼ੀਦ ਜੀ ਉਮੀਦ ਕਰਨਾ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਇਹਦੀ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜਿਹੜਾ ਵੀ ਉਹ ਲਾਜ਼ਮੀ ਕਰਨਾ ਜੀ ਅਤੇ ਅੱਜ ਦੀ ਵੀਡੀਓ ਅਤੇ ਅੱਜ ਦਾ ਵਲੌਗ ਕਰਨੇ ਖਤਮ ਮੈਨੂੰ ਦਿਓ ਜੀ ਇਜਾਜ਼ਤ ਨੈਕਸਟ ਵੀਡੀਓ ਆਉਣ ਤੱਕ ਜ਼ਿਆਦਾ ਜ਼ਿਆਦਾ ਆਪਣਾ ਖਿਆਲ ਰੱਖਿਓ ਅਤੇ ਆਪਣੀਆਂ ਖਾਸ ਦੁਆਵਾਂ ਜਮੂਨ ਨੂੰ ਯਾਦ ਰੱਖਿਓ ਅਤੇ ਇਨਸ਼ਾਅੱਲਾ ਮਿਲਣੇ ਆ ਜੀ ਕਿਸੇ ਨੈਕਸਟ ਵੀਡੀਓ ਦੇ ਨਾਲ